ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਜੋ ਕਰਪਟ ਅਫਸਰਾਂ ਨੂੰ ਭਾਜੜਾਂ ਪਵਾਉਣ ਲਈ ਜਾਣੇ ਜਾਂਦੇ ਨੇ, ਜਿਨ੍ਹਾਂ ਦੀ ਕਈ ਦਿਨਾਂ ਬਾਅਦ ਕੋਈ ਨਾ ਕੋਈ ਅਜਿਹੀ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਸ ਵਿੱਚ ਬੈਂਸ ਕਿਸੇ ਨਾ ਕਿਸੇ ਕਰਪਟ ਅਧਿਕਾਰੀ ਨਾਲ ਉਲਝਦੇ ਦਿਖਾਈ ਦਿੰਦੇ ਨੇ। ਅਤੇ ਹੁਣ ਵੀ ਬੈਂਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੈਂਸ ਬਟਾਲਾ ਦੇ DC ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਹਨ। ਦਰਅਸਲ ਇਸ ਬਹਿਸ ਦਾ ਕਾਰਨ ਬਟਾਲਾ 'ਚ ਹੋਏ ਬੰਬ ਧਮਾਕੇ ਦੌਰਾਨ ਮਰੇ ਮਜ਼ਦੂਰ ਦੀ ਲਾਸ਼ ਦੀ ਪਛਾਣ ਕਰਨ ਆਏ ਪਰਿਵਾਰਕ ਮੈਂਬਰਾਂ ਦੀ DC ਵੱਲੋਂ ਕੋਈ ਸੁਣਵਾਈ ਨਾ ਕਰਨ ਨੂੰ ਦੱਸਿਆ ਜਾ ਰਿਹਾ ਹੈ। ਜਦੋਂ ਇਸ ਦੀ ਜਾਣਕਾਰੀ ਸਿਮਰਜੀਤ ਬੈਂਸ ਨੂੰ ਲੱਗੀ ਤਾਂ ਉਹ ਬਟਾਲਾ ਦੇ DC ਦਫ਼ਤਰ ਪਹੁੰਚੇ ਜਿੱਥੇ DC ਵੱਲੋਂ ਉਹਨਾਂ ਨਾਲ ਬਹਿਸ ਕੀਤੀ ਗਈ ਅਤੇ ਬੈਂਸ ਨੂੰ ਦਫ਼ਤਰ 'ਚੋਂ ਬਾਹਰ ਜਾਣ ਲਈ ਕਿਹਾ ਗਿਆ। ਅਤੇ ਹੁਣ ਤੁਸੀਂ ਵੀ ਦੇਖੋ ਇਹ ਵੀਡੀਓ। ਮੈਂ ਤਾਂ ਹੀ ਕਹਿੰਦਾ ਤੂੰ ਆਉਂਦਿਆਂ ਨੂੰ ਕਹਵੇਂ ਵੀ ਚਲੋ ਮੈਂ DC ਸਾਹਿਬ ਬੈਠਾ, ਚਲੋ ਬਾਹਰ ਸਾਰੇ ਜਣੇ। ਵਾਹ ਮੈਂ ਆਪ ਜੀ ਨੂੰ ਆਪ ਕਰਕੇ ਗੱਲ ਕਰ ਰਿਹਾ, ਤੇ ਮੈਂ ਵੀ ਆਪ ਹੀ DC ਸਾਹਿਬ ਹੀ ਕਹਿ ਰਿਹਾ ਤੈਨੂੰ, ਮੈਂ ਕੋਈ ਮਾੜਾ ਨਹੀਂ ਕਹਿ ਰਿਹਾ ਤੈਨੂੰ। ਤੁਸੀਂ ਮੈਨੂੰ ਆਂਦੇ ਅਭੀ ਬੁੱਧ ਕਹਿ ਰਹੇ ਹੋ, ਬਾਪ ਦਾਦਾ ਦੇ ਤੂੰ, ਮੈਂ ਹੁਣ ਵੀ ਕਹਿ ਰਿਹਾ, ਮੈਂ ਤਾਂ ਹੁਣ ਵੀ ਕਹਿ ਰਿਹਾ ਜਦ ਤੇਰੇ ਪਰਸਨਲ ਆਫਿਸ ਦੇ DC ਸਾਹਿਬ ਆਵਾਂਗੇ ਉੱਥੇ ਨਹੀਂ ਬਾਹਰ, ਚੱਲ ਇੱਥੇ ਨਹੀਂ। ਗਲਤ ਇਹ ਮੌਕੇ ਦੀ ਗਵਰਨਮੈਂਟ ਦਾ ਪ੍ਰੈਸ਼ਰ ਹੈ ਜੀ, ਸਾਡੇ ਵਰਗੇ ਬੰਦੇ ਨੇ ਪੌੜੀਆਂ ਨੀ ਚੜ੍ਹਨ ਦੇਣਾ। ਤੁਸੀਂ ਗਲਤ ਹੋਵੋਗੇ ਕਹੂੰਗਾ, ਹੁਣ ਸਵੇਰ ਦਾ ਸੁਣੋ ਮੇਰੀ, ਸੁਬਹਾ ਦਾ ਅਖਬਾਰ ਆ ਗਿਆ, ਅਖਬਾਰ 'ਚ ਫੋਟੋ ਆ ਗਈ। ਹਜੇ ਤੱਕ ਆਪਣੇ ਕੋਲੋਂ ਇਹ ਪੱਤਰਕਾਰ ਜਿਹੜਾ ਫੋਟੋਗ੍ਰਾਫਰ ਹੈਗਾ ਹਜੇ ਤੱਕ ਡਿਟੈਕਟ ਨਹੀਂ ਹੋਇਆ ਵੀ ਕੌਣ ਹੈਗਾ। ਇਹ ਵਿਚਾਰਾ ਕਿੱਥੇ ਜਾਵੇ, ਫੈਮਿਲੀ ਦਾ ਜਿਹੜਾ ਅੰਮ੍ਰਿਤਸਰ ਵੀ ਹੋ ਗਿਆ ਜੀ, ਅੰਮ੍ਰਿਤਸਰ ਵੀ ਹੋ ਗਏ, ਅੰਮ੍ਰਿਤਸਰ ਦੇ ਵਿੱਚ ਨੁਕਸਾਨ ਹੋਇਆ, ਕਿਰਾਇਆ ਕੀ ਨੇ ਪੈਸਾ। ਇੱਕ ਵਾਰ ਮੇਰੀ ਗੱਲ ਸੁਣ ਲਿਓ, ਇਹ ਬੰਦੇ ਨੂੰ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, 11 ਵਜੇ ਪਤਾ ਲੱਗਿਆ। ਇਹ ਸੁਣ ਲਿਓ ਹੁਣ ਮੇਰੀ, 2 ਮਿੰਟ ਗੱਲ ਸੁਣ ਲਿਓ, ਸੁਣਾਓ ਜਾਂ ਤੁਸੀਂ ਆਪਣੀ ਗੱਲ ਕਰ ਸੁਣਾਓ, ਮੈਂ ਕਹਿੰਦਾ ਨਾ ਸੁਣਾਓ। ਇਹਨਾਂ ਦਾ ਸਾਨੂੰ ਪਤਾ ਲੱਗਿਆ ਕਿ ਇੱਕ ਬੰਦਾ, ਇਹਨਾਂ ਦਾ ਸਾਡੇ ਜਿਹੜੇ 2 ਅਨਆਈਡੈਂਟੀਫਾਈਡ ਬੋਡੀਜ਼ ਹੈ, ਇਹਨਾਂ 'ਚ ਬੰਦਾ ਆਪਣਾ ਲੱਭ ਨਹੀਂ ਪਾ ਰਿਹਾ। ਅਸੀਂ ਇਹਨਾਂ ਨੂੰ ਪੁੱਛਿਆ ਕਿ ਬਾਈ ਤੁਹਾਨੂੰ ਕਿਸ ਤਰ੍ਹਾਂ ਪਤਾ ਕਿ ਤੁਹਾਡਾ ਬੰਦਾ ਹੋ ਸਕਦਾ ਜਿੰਦਾ ਹੀ ਹੋਏ ਕਿਤੇ ਹੋਏ, ਤੁਹਾਨੂੰ ਕਿੱਦਾਂ ਪਤਾ ਲੱਗਿਆ ਸਾਡੀ 23 ਬੋਡੀਜ਼ ਹੈ, ਤੁਹਾਡਾ ਬੰਦਾ ਨਹੀਂ ਮਿਲ ਰਿਹਾ, ਹਾਊ ਯੂ ਆਰ ਸਰਟਨ ਕਿ ਤੁਹਾਡਾ ਬੰਦਾ ਇਸ ਹਾਦਸੇ 'ਚ ਸ਼ਾਮਿਲ ਸੀਗਾ। ਇਹਨਾਂ ਨੇ ਸਾਨੂੰ ਦੱਸਿਆ ਕਿ ਭਾਸਕਰ ਦੇ ਪੇਪਰ 'ਚ ਇੱਕ ਫੋਟੋ ਛਪੀ ਸੀ। ਹੁਣ ਅਸੀਂ ਇਹਨਾਂ ਨੂੰ ਆਪਣੀ ਸਾਰੀ ਫੋਟੋਆਂ ਦਿਖਾਤੀ ਜਿਹੜੇ ਸਾਡੇ ਜਿਹੜੇ 23 ਬੰਦੇ ਆਏ ਸੀਗੇ, ਕਿ ਬਈ ਇਹਨਾਂ 'ਚ ਕੋਈ ਬੰਦਾ ਮਿਸਆਈਡੈਂਟੀਫਾਈ ਹੋ ਗਿਆ ਹੋਵੇ, ਤੁਹਾਡਾ ਬੰਦਾ ਹੋਵੇ, ਇਹਨਾਂ ਨੇ ਸਾਰੇ ਦੇਖ ਲਏ ਕਿ ਸਾਡਾ ਬੰਦਾ ਇਹਦੇ 'ਚ ਨਹੀਂ ਹੈ। ਹੁਣ ਸਾਡੇ ਕੋਲ ਕੋਈ ਤਰੀਕਾ ਨਹੀਂ ਹੈ ਸਿਵਾਏ ਭਾਸਕਰ ਵਾਲੇ ਬੰਦੇ ਨੂੰ ਪੁੱਛਣ ਦੇ ਲਈ ਕਿ ਕਿਹੜੇ ਬੰਦੇ ਦੀ ਫੋਟੋ ਲਈ ਜੀ ਦਾ ਪੁਆਇੰਟ। ਆ ਤਾਂ ਅਸੀਂ ਉਹਨਾਂ ਨੂੰ ਬੁਲਾ ਰਹੇ ਨਾ, ਇਹ ਡਿਸਕਸ ਕਰ ਰਹੇ ਸੀਗੇ। ਹੁਣ ਮੈਂ ਤਾਂ ਕਹਿੰਦਾ ਸੁਬਹ ਦੀ ਅਖਬਾਰ ਆਈ ਹੋਈ ਹੈ, ਆਪਾਂ ਪਹਿਲੇ ਤੋਂ ਆਪਾਂ ਪਹਿਲੇ ਪਤਾ ਕਰਨ ਤੋਂ ਬਾਅਦ ਹੀ ਕਰਾਂਗੇ ਨਾ, ਸੁਬਹ ਤੋਂ ਆਪਾਂ, ਮੈਂ ਤਾਂ ਮਨਾ ਹੀ ਨਹੀਂ ਕਰ ਰਿਹਾ। ਖੁਦ ਆ ਗਏ, ਮੈਂ ਇਹ ਕਹਿ ਰਿਹਾ ਮੇਰਾ ਹੋਰ ਕੋਈ ਗ੍ਰੀਵੈਂਸ ਨਹੀਂ ਹੈਗਾ, ਮੇਰਾ ਇਹ ਆ ਵੀ ਸੁਬਹ ਦੀ ਅਖਬਾਰ ਆਈ ਹੋਈ ਆ ਹਜੇ ਤੱਕ ਪੱਤਰਕਾਰ ਦੋਸਤ। ਅੱਛਾ ਇੱਕ ਸੈਕਿੰਡ, ਵੈਸਾ ਸਵੇਰੇ ਤੋਂ ਤੁਸੀਂ, ਅਸੀਂ ਕੁਛ ਨਹੀਂ ਕਰ ਰਹੇ ਹੁੰਦੇ, ਸਾਨੂੰ ਕਿੱਦਾਂ ਤੁਹਾਡੇ ਫੋਟੋ ਦਿਖਾਉਣ ਤੋਂ ਪਹਿਲਾਂ ਕਿੱਦਾਂ ਪਤਾ ਭਾਸਕਰ ਦੀ ਫੋਟੋ? ਸਰ ਮੈਂ ਮੰਨ ਲਈ ਤੁਹਾਡੀ ਗੱਲ, ਇਹਦਾ ਮਤਲਬ ਅਸੀਂ ਆਪਣਾ ਮੰਨ ਲਈ ਇਹ ਗੱਲ, ਮੈਂ ਕਹਿੰਦਾ ਵੀ ਹਜੇ ਤੱਕ ਪੱਤਰਕਾਰ ਫੋਟੋਗ੍ਰਾਫਰ ਪੁੱਛ ਪੜਤਾਲ ਨਹੀਂ ਹੈ ਭਾਈ ਤੂੰ ਫੋਟੋ ਆਲਰੇਡੀ ਸੈਂਟ ਜੀ, ਆਪਣੇ DPRO ਨੂੰ ਕਹਿਤਾ, ਉਹ ਆਜ਼ਾਦ ਸ਼ਰਮਾ ਜੀ ਜਿਹੜੇ ਵੀ ਇੱਥੇ ਦੇ ਲੋਕਲ ਬਟਾਲਾ ਨੇ ਫੋਟੋ ਲਗਾਈ ਹੈ ਉਸ ਤੋਂ ਪਤਾ ਕਰੋ ਕੌਣ ਬੰਦਾ ਹੈ, ਆਲਰੇਡੀ ਭੇਜਤਾ। ਤੁਸੀਂ ਨਹੀਂ ਵੀ ਆਉਂਦੇ ਤਾਂ ਵੀ ਅਸੀਂ ਇਸੇ ਬੰਦੇ ਨੂੰ ਲੱਭ ਰਹੇ ਨੇ। ਆਪਾਂ ਕਈ ਵਾਰ ਬਸ ਉਹਦਾ ਨਰਾ
मैं भी मैनू भी पता है इन्हों का दुख तेई मैं चार बजे तो इतने ही बैठा जी कल शाम का मैं इन्हों की मगर घूम रहा मैं चाहना इन्हों एक परसेंट भी दिक्कत ना हो मैं खुद आइडेंटिफाई करके इन्हों देवगा बट मैं इन्हों बार बार ये कह रहा कि प्राइवेट हॉस्पिटल एक मिनट दस दें इन्हों पूछे प्राइवेट हॉस्पिटल लगवा लिए सारे शक्ल मतलब बिगड़ जाती होंगी है तीन सवेदा किन्ने जड़े कट रहे मैं तुम मेनु कह रहे हो मैं तेरे नाल गल ही नहीं करनी तुम ना कर बस ठीक बैठे तू मेरे नाल नहीं गल करनी ठीक है तेरे को नहीं हो बात कर रहे ठीक नहीं है